ਪੰਜਾਬ ਨੂੰ ਮੈਂ ਨਾ ਇੱਕ ਵਰਡ 'ਚ ਐਕਸਪਲੇਨ ਹੀ ਨਹੀਂ ਕਰ ਸਕਦਾ ਹੈ ਕੀ ਹੈ ਨਾ, ਅਤੇ ਇਹ ਨਹੀਂ ਐਕਸਪਲੇਨ ਕਰ ਸਕਦਾ ਬਣਦਾ ਕੀ ਜਾਂਦਾ। ਹੁਣ ਗੀਤ ਵੀ ਨੇ ਲੰਮੀਆਂ ਲੰਮੀਆਂ ਕੂੰਜਾਂ ਬਾਬਲ ਤੇਰੇ ਦੇਸ਼ ਤੋਂ ਉੱਡਦੀਆਂ, ਇਹ ਕੂੰਜ ਵੀ ਮਾਈਗ੍ਰੇਟ ਕਰਦੀ ਹੈ ਜਿਹਨੂੰ ਸ਼ਬਦ ਆਪਾਂ ਕਹਿੰਦੇ ਹੈ ਨਾ, ਪਰ ਉਹ ਕੀ ਕਰਦੇ ਆ ਜਿੱਥੇ ਮਾਹੌਲ ਉਹਨਾਂ ਨੂੰ ਸੂਟ ਨਹੀਂ ਕਰਦਾ ਚੰਗੇ ਮਾਹੌਲ 'ਚ ਜਾਂਦੇ ਆ, ਖਰਚਾ ਉਹਨਾਂ ਕੀ ਕਰੂ ਤਾਂ ਕਿ ਮੁੰਡੇ ਮੁੰਡੇ ਆ ਜਾਣ। ਬਿਲਕੁਲ ਫਿਲਮ 'ਚ ਉਹ ਜ਼ਰੂਰ ਪਾਓ, ਮਾਂ ਪਿਓ ਤਾਂ ਆਉਣ ਕਿ ਮੁੰਡਿਆਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਜੇ ਉੜਤਾ ਪੰਜਾਬ ਨਾਮ ਆਉਂਦਾ ਪੰਜਾਬ ਦੇ ਵਿੱਚ ਆਹ ਗੱਲਾਂ ਵੀ ਨਹੀਂ, ਪੰਜਾਬ ਆਪਣੀ ਸਮੱਸਿਆ ਨੂੰ ਆਪਣੇ ਨਜਿੱਠਣਾ ਜਾਣਦਾ। ਜਦੋਂ ਤੁਸੀਂ 13 ਅਕਤੂਬਰ ਨੂੰ ਜਾਓ ਸਿਨੇਮਿਆਂ ਦੇ ਵਿੱਚ, ਫਿਲਮ ਦੇਖੋ ਜ਼ਰੂਰ ਵਾਈਟ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਜਸ਼ਨਪ੍ਰੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਫੋਰਐਵਰ ਮੀਡੀਆ। ਸੋ ਫਿਲਮ ਆ ਰਹੀ ਹੈ ਜੀ ਵਾਈਟ ਪੰਜਾਬ, ਫਿਲਮ ਦਾ ਨਾਮ ਚਾਹੇ ਵਾਈਟ ਪੰਜਾਬ ਹੈ ਪਰ ਫਿਲਮ ਕਿਤੇ ਨਾ ਕਿਤੇ ਚਿੱਟੇ ਦੀ ਗੱਲ ਕਰਦੀ ਨਜ਼ਰ ਨਹੀਂ ਆਏਗੀ। ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਚਿੱਟੀਆਂ ਨੇ, ਉਹ ਕਿਹੜੀਆਂ ਚੀਜ਼ਾਂ ਨੇ ਉਹਦੇ ਬਾਰੇ ਗੱਲ ਕਰਾਂਗੇ। ਸਾਡੇ ਨਾਲ ਮੌਜੂਦ ਨੇ ਕਰਤਾਰ ਚੀਮਾ ਜੀ, ਜਿਨ੍ਹਾਂ ਨੂੰ ਯੂਥ ਸਾਡਾ ਮੇਰੇ ਖਿਆਲ ਨਾਲ ਸੱਚੇ ਦਿਲੋਂ ਮਤਲਬ ਮੰਨਦਾ ਕਿ ਹਾਂ ਯਾਰ ਇਹ ਬੰਦੇ ਨੂੰ ਫੋਲੋ ਕੀਤਾ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਭਾਈ ਜੀ। ਭਾਈ ਜੀ ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਭਾਈ ਜਿੱਦਾਂ ਆਪਾਂ ਗੱਲ ਕੀਤੀ ਕਿ ਵਾਈਟ ਪੰਜਾਬ ਇੱਕ ਇੱਦਾਂ ਦੀ ਫਿਲਮ ਆ ਜਿਹਦਾ ਨਾਮ ਹੈ ਵਾਈਟ ਪੰਜਾਬ, ਪਰ ਚਿੱਟੇ ਦੀ ਗੱਲ ਨਹੀਂ ਆ, ਇੱਕ ਇੱਦਾਂ ਦੀ ਚੀਜ਼ ਦੀ ਗੱਲ ਆ ਜਿਹੜੀ ਪੰਜਾਬ ਦੇ ਵਿੱਚ ਇਗਨੋਰ ਕੀਤੀ ਜਾਂਦੀ ਆ। ਅਸਲ 'ਚ ਪੰਜਾਬ ਹੈ ਕੀ? ਸੋ ਕੀ ਕਹਿਣਾ ਚਾਹੋਗੇ ਬਾਈ ਤੁਸੀਂ? ਬਈ ਪੰਜਾਬ ਨੂੰ ਮੈਂ ਨਾ ਇੱਕ ਵਰਡ 'ਚ ਐਕਸਪਲੇਨ ਹੀ ਨਹੀਂ ਕਰ ਸਕਦਾ ਹੈ ਕੀ ਹੈ ਨਾ, ਅਤੇ ਇਹ ਨਹੀਂ ਐਕਸਪਲੇਨ ਕਰ ਸਕਦਾ ਬਣਦਾ ਕੀ ਜਾਂਦਾ। ਪਰ ਗੱਲ ਚਿੱਟੇ ਦੀ ਸਮੱਸਿਆ ਜਿਹੜੀ ਹੈਗੀ ਹੈ ਇੰਨੀ ਹੈ ਨਹੀਂ ਹੈ ਜਿੰਨੀ ਦੂਜੀਆਂ ਸਮੱਸਿਆ ਵੀ ਹੈਗੀਆਂ ਨਾ। ਬਿਲਕੁਲ ਯੂਥ ਨੂੰ ਫਿਲਮਾਂ ਦੇ ਥਰੂ ਚੀਜ਼ਾਂ ਦੇ ਥਰੂ ਕਰਕੇ ਆਪਾਂ ਦੱਸ ਸਕਦੇ ਹਾਂ, ਠੀਕ ਹੈ, ਅਸੀਂ ਵੱਡੇ ਹਾਂ, ਵੱਡਿਆਂ ਦਾ ਇੱਕ ਫਰਜ਼ ਬਣਦਾ ਕਿ ਆਪਣੇ ਛੋਟਿਆਂ ਨੂੰ ਸਮਝਾਈਏ। ਸੋ ਉਹ ਸਮਝਾਉਂਦੇ ਹਾਂ, ਪਰ ਜਿਹੜੀ ਵਾਈਟ ਪੰਜਾਬ ਹੈ ਨਾ ਫਿਲਮ, ਮੈਂ ਇਹ ਨਹੀਂ ਕਹਿੰਦਾ ਅਸੀਂ ਟੋਟਲੀ ਸਿੱਖਿਆ ਦੇ ਤੀ ਜਾਂ ਫਿਰ ਅਸੀਂ ਕੋਈ ਐਂ ਕਹਿੰਦੇ ਹਾਂ ਵੀ ਬੰਦੇ ਬਣੋ ਜਾਂ ਹੋਰ, ਹੈ ਨਾ, ਪਰ ਤੁਸੀਂ ਤੁਹਾਡਾ ਮੈਸੇਜ ਹੈ ਜਿਹੜਾ ਤੁਹਾਡੇ ਇੰਟਰਟੇਨਮੈਂਟ ਦੇ ਵਿੱਚ ਕਿਤੇ ਨਾ ਕਿਤੇ ਲੁਕਿਆ ਹੋਣਾ ਚਾਹੀਦਾ। ਬਿਲਕੁਲ, ਹੈ ਨਾ, ਉਹ ਤੁਹਾਡੀ ਲਵ ਸਟੋਰੀ ਆ, ਤੁਹਾਡੀ ਕਾਮੇਡੀ ਆ, ਤੁਹਾਡੀ ਐਕਸ਼ਨ ਆ, ਤੁਹਾਡੀ ਸੈਮੀ ਐਕਸ਼ਨ ਆ ਜਾਂ ਕੋਈ ਹੈਗਾ, ਉਹਦੇ ਵਿੱਚ ਨਾ ਕਿਤੇ ਮੈਸੇਜ ਲੁਕੋ ਕੇ ਛੱਡੋ। ਜਦੋਂ ਯੂਥ ਨੂੰ ਇਹ ਕਹਿ ਦਿੰਦੇ ਹੋ ਨਾ ਵੀ ਆਹ ਦੇਖੋ ਜਾ ਕੇ ਸਮਝੋ ਇਹਨੂੰ, ਉਹ ਨਹੀਂ ਜਾਂਦਾ। ਹੁਣ ਕਿਸੇ ਨੂੰ ਆਪਾਂ ਸੀਰੀਅਸ ਹੋ ਕੇ ਸਮਝਾਉਣਾ ਸ਼ੁਰੂ ਕਰ ਦਈਏ ਕਿ ਭਾਈ ਉਹ ਕਹਿੰਦਾ ਯਾਰ ਜਿਆਦਾ ਤੇਰੇ ਨਾਲੋਂ ਵੱਧ ਸਿਆਣੇ ਆ ਅਸੀਂ, ਸੀਰੀਅਸਲੀ ਤਾਂ ਹੁਣ ਅਖਬਾਰਾਂ ਹੈਗੀਆਂ ਯਾਰ, ਲੇਖ ਹੈਗੇ ਆ, ਲੈਕਚਰ ਹੈਗੇ ਆ, ਬੜੀਆਂ ਸੰਸਥਾਵਾਂ ਬਣੀਆਂ ਜਿਹਦੇ ਇੰਟਲੈਕਚੁਅਲੀ ਲੈਕਚਰ ਦਿੱਤੇ ਜਾਂਦੇ ਆ, ਬੰਦੇ ਵੀ ਕਹਿੰਦੇ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਕਰਦੇ ਹਾਂ, ਯਾਨੀ ਕਿ ਬੰਦੇ ਤਿਆਰ ਕਰਦੇ ਹਾਂ, ਉਹ ਵੀ ਨੇ। ਹੁਣ ਮੈਨੂੰ ਉਹ ਨਹੀਂ ਪਤਾ ਪਰਸਨੈਲਿਟੀ ਡਿਵੈਲਪਮੈਂਟ ਕੀ ਹੁੰਦੀ ਹੈ, ਸਮਾਜ 'ਚ ਆਏ ਹਾਂ, ਬੰਦੇ ਹਾਂ, ਉਹੀ ਖੂਨ ਆ, ਉਹੀ ਸਾਰਾ ਕੁਛ ਆ, ਉਵੇਂ ਗੱਲ ਕਰਦੇ ਹਾਂ, ਉਵੇਂ ਰੋਟੀ ਖਾਂਦੇ ਹਾਂ, ਉਵੇਂ ਟੋਇਲਟ ਜਾਂਦੇ ਹਾਂ। ਬਿਲਕੁਲ, ਉਹਦੇ 'ਚ ਬੰਦੇ ਬਣਾਉਣ ਵਾਲੀ ਗੱਲ ਕਿਹੜੀ ਹੈ ਵੀ ਤੁਸੀਂ ਵੱਖਰਾ ਇੰਸਟੀਟਿਊਟ ਖੋਲ੍ਹਿਆ ਵੀ ਇੱਥੇ ਪਰਸਨੈਲਿਟੀ ਤੁਹਾਡੀ ਬਣਾਈ ਜਾਂਦੀ ਹੈ, ਇੱਥੇ ਤਿਆਰ ਕੀਤਾ ਜਾਂਦਾ। ਹਾਂ, ਉਹ ਪੱਗ ਬੰਨਦਾ ਇੰਨਾ ਸੋਹਣਾ ਸਰਦਾਰ ਲੱਗਦਾ, ਠੀਕ ਹੈ, ਉਹ ਪਰਸਨੈਲਿਟੀ ਡਿਵੈਲਪਮੈਂਟ 'ਚ ਕੀ ਕਹਿ ਦੇਣਗੇ, ਪੱਗ ਕਿਸੇ ਤਰੀਕੇ ਦੀ ਵੀ ਹੋਰ ਬੰਨ ਦੇਣਗੇ, ਬਦੋ ਬਦ ਪੇਚ ਬਣਾ ਦੇਣਗੇ, ਹੋਰ ਕਰ ਦੇਣਗੇ, ਉਹੀ ਗੱਲਾਂ ਹੈਗੀਆਂ। ਸੋ ਦੁਕਾਨਾਂ ਨੇ ਪੰਜਾਬ ਦੇ ਵਿੱਚ ਖੁੱਲ੍ਹੀਆਂ ਹੋਈਆਂ ਜਿਹੜੀਆਂ ਠੱਗਾਂ ਦੁਕਾਨਾਂ ਨੇ, ਇਹਨਾਂ ਨੇ ਵੀ ਪੰਜਾਬ ਖਰਾਬ ਕੀਤਾ ਹੈ ਨਾ। ਇਹਦੇ ਨਾਲ ਦੀ ਇੱਕ ਸੋਰੀ ਤੇਰੀ ਗੱਲ ਵਿੱਚ ਆ, ਹਾਂਜੀ ਹਾਂਜੀ, ਉਹਨਾਂ ਨੂੰ ਦੱਸਣ ਦੀ ਬਜਾਏ ਚੰਗਾ ਮਾੜਾ ਕੀ ਆ ਵੀ ਆਪਾਂ ਮਕਸਦ ਕੀ ਆ, ਪੰਜਾਬ ਦੇ ਵਿੱਚ ਕਿੱਧਰ ਜਾਣਾ, ਆਪਣੀ ਸੇਧ ਆ ਹੈਗੀ, ਇੱਥੇ IS ਅਫਸਰ ਆ, ਇੱਥੇ ਗੈਂਗਸਟਰਾਂ ਦੀ ਥਾਂ, ਇੱਥੇ ਨਸ਼ੇ ਵਾਲੇ ਦੀ ਥਾਂ, ਇੱਥੇ ਆ, ਇੱਥੇ ਚੁੰਨੀ ਤੁਹਾਡੀ ਥਾਂ ਹੈਗੀ ਆ, ਉਹ ਦੁਕਾਨਾਂ ਬੰਦ ਕਰਕੇ ਆਹ ਦੁਕਾਨਾਂ ਖੋਲ੍ਹ ਦਿਓ ਨਾ। ਬਿਲਕੁਲ, ਉੱਥੇ ਹੀ ਜਿੱਥੇ ਇੱਦਾਂ ਦੀਆਂ ਪ੍ਰੋਬਲਮਸ ਨੇ, ਇੱਕ ਮੇਰੇ ਖਿਆਲ ਨਾਲ ਬਹੁਤ ਵੱਡੀ ਪ੍ਰੋਬਲਮ ਇਹ ਵੀ ਹੈ ਕਿ ਯੂਥ ਜਿਹੜਾ ਅੱਜ ਕੱਲ੍ਹ ਬਾਹਰ ਜਾਂਦਾ, ਹੁਣ ਤੁਸੀਂ ਕਦੇ ਸੋਚਿਆ ਨੌਜਵਾਨ ਹੋ, ਕਦੇ ਸੋਚਿਆ ਕਿ ਯਾਰ ਜ਼ਿੰਦਗੀ ਇੱਥੇ ਠੀਕ ਨਹੀਂ, ਬਾਹਰ ਜਾਣਾ ਚਾਹੀਦਾ? ਯਾਰ ਦੇਖੋ ਬਈ, ਇਹ ਤਾਂ ਹੁਣ ਸਦੀਆਂ ਤੋਂ ਬਣਿਆ ਹੋਇਆ ਮਾਈਗ੍ਰੇਸ਼ਨ, ਠੀਕ ਹੈ, ਕੁਦਰਤ ਦਾ ਰੂਲ ਆ, ਮੈਨੂੰ ਐਂ ਲੱਗਦਾ ਵੀ ਇਹ ਤਾਂ ਜਾਨਵਰ ਵੀ ਕਰਦੇ ਆ ਨਾ। ਬਿਲਕੁਲ, ਮਾਈਗ੍ਰੇਸ਼ਨ ਕਰਦੇ ਆ ਨਾ। ਬਿਲਕੁਲ ਕਰਦੇ। ਹੁਣ ਗੀਤ ਵੀ ਨੇ ਲੰਮੀਆਂ ਲੰਮੀਆਂ ਕੂੰਜਾਂ ਬਾਬਲ ਤੇਰੇ ਦੇਸ਼ ਤੋਂ ਉੱਡਦੀਆਂ, ਇਹ ਕੂੰਜ ਵੀ ਮਾਈਗ੍ਰੇਟ ਕਰਦੀ ਆ ਜਿਹਨੂੰ ਸ਼ਬਦ ਆਪਾਂ ਕਹਿੰਦੇ ਹੈ ਨਾ, ਪਰ ਉਹ ਕੀ ਕਰਦੇ ਆ ਜਿੱਥੇ ਮਾਹੌਲ ਉਹਨਾਂ ਨੂੰ ਸੂਟ ਨਹੀਂ ਕਰਦਾ ਚੰਗੇ ਮਾਹੌਲ 'ਚ ਜਾਂਦੇ ਆ, ਪਰ ਜਦੋਂ ਆਪਣੇ ਮਾਹੌਲ ਚੰਗਾ ਹੋ ਜਾਂਦਾ ਵਾਪਸ ਚਲ ਜਾਂਦੇ ਆ। ਬਿਲਕੁਲ ਠੀਕ ਹੈ, ਮੈਂ ਜਾਣ 'ਚ ਕੋਈ ਨਹੀਂ, ਮੈਂ ਕਹਿੰਦਾ ਸਾਰੇ ਜਾਓ ਵਾਪਸ ਆਓ, ਠੀਕ ਹੈ, ਤੁਸੀਂ ਟੈਕਨੀਕ ਲਿਆਓ, ਤੁਸੀਂ ਮੈਂ ਸਮਝਦਾ ਤੁਸੀਂ ਇਹਨੂੰ ਕਿਤਾਬੀ ਗੱਲਾਂ ਸਮਝਦੇ ਹੋਵੋਗੇ ਵੀ ਇਹ ਕਿਤਾਬੀ ਗੱਲਾਂ ਨੇ, ਹੈ ਨਾ, ਤੁਸੀਂ ਇਹ ਸਮਝਦੇ ਹੋਵੋਗੇ ਵੀ ਇਹ ਕਰਨਾ ਸੌਖਾ ਨਹੀਂ, ਇਹ ਕਹਿਣਾ ਬਹੁਤ ਸੌਖਾ। ਮੈਂ ਤਾਂ ਪੰਜਾਬ ਦੇ ਵਿੱਚ ਰਹਿ ਕੇ, ਮੈਂ ਮਾਈਗ੍ਰੇਟ ਸਨਾਮ ਤੋਂ ਚੰਡੀਗੜ੍ਹ ਹੋ ਕੇ ਆਇਆ ਸੀ, ਇੱਥੇ ਸਾਰਾ ਕੁਛ ਬਣਾਇਆ। ਬਿਲਕੁਲ ਠੀਕ ਹੈ, ਸਨਾਮ ਅੱਜ ਵੀ ਜਾਂਦਾ ਜੀ, ਕਿਉਂਕਿ ਉਹ ਜੜ ਹੈ। ਹਾਂ, ਅੱਜ ਵੀ ਤੁਸੀਂ ਮੀਡੀਆ ਵਾਲੇ ਮੈਨੂੰ ਪੁੱਛਦੇ ਹੋ ਵੀ ਪਿੰਡ ਲਈ ਕੀ ਕੀਤਾ, ਪੁੱਛਦੇ ਯਾਰ ਪਿੰਡ ਦੇ ਮੁੰਡਿਆਂ ਨੂੰ ਜਿੰਮ ਲਵਾਉਂਦੇ ਹੋ, ਬਿਲਕੁਲ, ਪਿੰਡ ਦੇ ਮੁੰਡਿਆਂ ਨੂੰ ਐਂ ਕਰਦੇ ਹੋ, ਮੈਨੂੰ ਮੇਰਾ ਜਾਣਾ ਹੀ ਪੁੱਛਦੇ ਹੋ ਤੁਸੀਂ, ਠੀਕ ਹੈ, ਜਾਣਾ ਯਾਰ ਕੈਨੇਡਾ ਅਮੈਰੀਕਾ ਦੁਨੀਆ ਘੁੰਮਣੀ ਮਾੜੀ ਗੱਲ ਨਹੀਂ ਆ, 5 ਸਾਲ ਕੰਮ ਕਰ ਲਓ, 4 ਸਾਲ ਕੰਮ ਕਰ ਲਓ, ਪਰ ਆ ਜਾਓ, ਕਿੱਡੀ ਗੱਲ ਹੈ, ਅਗਲਿਆਂ ਨੂੰ ਜਦੋਂ ਥਾਂ ਜਾਇਓਗਾ ਤੁਸੀਂ ਵੀ 5 ਸਾਲ, ਅਸੀਂ ਇੱਥੇ ਆ ਗਏ ਹਾਂ। ਬਿਲਕੁਲ,
ਫਿਲਮਾਂ ਦੇ ਵਿੱਚ ਕਰਤਾਰ ਚੀਮਾ ਕੀ ਦੇਖਦੇ ਨੇ ਕਿ ਆਹ ਚੀਜ਼ ਜਿਹੜੀ ਆ ਫਿਲਮਾਂ ਦੇ ਵਿੱਚ ਸਿਨੇਮਾ ਦੇ ਵਿੱਚ ਮਿਸਿੰਗ ਆ, ਇਹ ਚੀਜ਼ ਹੋਣੀ ਚਾਹੀਦੀ ਹੈ। ਦੇਖੋ ਫਿਲਮਾਂ ਦੇ ਵਿੱਚ ਮਿਸਿੰਗ ਪੰਜਾਬ ਦੇ ਵਿੱਚ ਕੁਛ ਵੀ ਨਹੀਂ ਆ। ਸਿਨੇਮੇ ਦਾ ਨਾ ਕੁਛ ਉਹ ਨਹੀਂ ਹੁੰਦਾ, ਫਿਕਸ ਨਹੀਂ ਹੁੰਦਾ ਵਿੱਚ ਆਹੀ ਹੋਣਾ ਚਾਹੀਦਾ। ਬਿਲਕੁਲ, ਇੱਕ ਚੀਜ਼ ਹੋਣੀ ਚਾਹੀਦੀ ਹੈ ਫਿਲਮਾਂ ਦੇ ਵਿੱਚ ਕਾਮਨ ਹੈਗੀ, ਜਿਹੜੀ ਇੰਟਰਟੇਨਮੈਂਟ ਨਹੀਂ ਮਿਸ ਹੋਣਾ ਚਾਹੀਦਾ। ਯਾਰ ਜਿਹੜੇ ਪੌਪਕੋਰਨ ਖਾਂਦੇ ਆ ਨਾ ਆ ਕੇ ਜਾਂ ਫੈਮਿਲੀ ਲੈ ਕੇ ਆਉਂਦੇ, ਉਹਦਾ ਮੁੱਲ ਜ਼ਰੂਰ ਮੁੜੋ, ਜ਼ਰੂਰ ਮੁੜਨਾ ਚਾਹੀਦਾ। ਪਰ ਫਿਲਮ ਉਹਨਾਂ ਦੇ ਟੇਸਟ ਦੀ ਬਣਾਓ, ਤੁਸੀਂ ਹਰ ਵਰਗ ਦੀ ਫਿਲਮ ਨਹੀਂ ਬਣਾ ਸਕਦੇ, ਤੁਸੀਂ ਹਰ ਵਰਗ ਨੂੰ ਲੈ ਕੇ ਨਹੀਂ ਆ ਸਕਦੇ। ਹੁਣ ਤੁਸੀਂ ਮੁੰਡਿਆਂ ਦੀ ਫਿਲਮ ਬਣਾਈ ਆ, ਖਰਚਾ ਉਨਾ ਕੀ ਕਰੋ ਤਾਂ ਕਿ ਮੁੰਡੇ ਮੁੰਡੇ ਆ ਜਾਣ। ਬਿਲਕੁਲ, ਫਿਲਮ 'ਚ ਉਹ ਜ਼ਰੂਰ ਪਾਓ, ਮਾਂ ਪਿਓ ਤਾਂ ਆਉਣ ਕਿ ਮੁੰਡਿਆਂ ਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਦੇ ਆ। ਬਿਲਕੁਲ, ਸਾਡੇ ਬੱਚਿਆਂ ਨੂੰ ਸੇਧ ਕੀ ਦੇ ਰਹੀ ਆ, ਤਾਂ ਕਿ ਅੱਗੇ ਆ, ਕਿਉਂਕਿ ਇਹ ਵੀ ਸਿਸਟਮ ਬਣਿਆ ਹੋਇਆ। ਯੂਥ 'ਤੇ ਫੋਕਸ ਤਾਂ ਕਰਦਾ ਮੈਂ ਕਿਉਂਕਿ ਯੂਥ ਧੁਰਾ। ਬਿਲਕੁਲ, ਤੁਸੀਂ ਜਵਾਨ ਪੱਤਰਕਾਰ ਹੋ, ਠੀਕ ਹੈ, ਹੁਣ ਇੱਥੇ ਤੁਹਾਡੀ ਥਾਂ ਵੱਡੇ ਹੋ ਕੇ ਇੱਕ ਯੰਗ ਪੱਤਰਕਾਰ ਵੇਟ ਕਰਦਾ ਹੋਊਗਾ। ਬਿਲਕੁਲ, ਉਹਨਾਂ ਨੇ ਲੈ ਲੈਣੀ ਹੈ, ਅਗਲੇ ਨੇ ਤੁਸੀਂ ਜਾ ਕੇ ਥੋੜ੍ਹਾ ਸਿਵਿਆਂ 'ਚ ਅੰਤਾ ਹੈ। ਬਿਲਕੁਲ, ਠੀਕ ਹੈ, ਦੁਨੀਆਂ ਦੀ ਸੱਚਾਈ ਹੈ। ਸੋ ਯੂਥ ਜਿਹੜਾ ਹੈਗਾ ਨਾ, ਉਹਦੀ ਥਾਂ ਚਿਲਡਰਨਸ ਨੇ, ਬੱਚਿਆਂ ਨੇ ਲੈਣੀ ਹੈ, ਅਤੇ ਯੂਥ ਨੇ ਫਿਰ ਅੱਗੇ ਸਮਾਜ ਨੂੰ ਉਸ ਤਰੀਕੇ ਨਾਲ ਲੈ ਕੇ ਜਾਣਾ ਜੋ ਬਜ਼ੁਰਗ ਨਹੀਂ ਕਰ ਪਾਏ ਤੁਸੀਂ ਕਰਨਾ। ਬਿਲਕੁਲ, ਬਦਲਾਅ ਯੂਥ ਤੋਂ ਸ਼ੁਰੂ ਹੁੰਦਾ ਮੇਰੇ। ਪਰ ਇਹ ਗੱਲ ਹੈਗੀ ਕਿ ਬਜ਼ੁਰਗਾਂ ਨੂੰ ਇਹ ਸਮਝਣਾ ਪੈਣਾ ਕਿ ਅਸੀਂ ਕੁਛ ਨਹੀਂ ਕਰ ਪਾਏ, ਇਹ ਕਰਨਗੇ, ਇਹਨਾਂ ਨੂੰ ਟ੍ਰੀਟ ਅਸੀਂ ਚੰਗੀ ਤਰ੍ਹਾਂ ਕਰੀ, ਮੌਕਾ ਦੇਣਾ ਚਾਹੀਦਾ, ਮੌਕਾ ਦੇਣਾ ਚਾਹੀਦਾ। ਇਹ ਨਹੀਂ ਕਿ ਸਾਨੂੰ ਟੇਢੀ ਅੱਖ ਨਾਲ ਹੀ ਦੇਖੋ, ਠੀਕ ਹੈ, ਵੀ ਸਾਨੂੰ ਵੀ ਕੁਛ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ। ਤੁਸੀਂ ਵੀ ਜਵਾਨੀ ਚੱਲੋਗੇ, ਤੁਹਾਨੂੰ ਉਹ ਟੇਢੀ ਅੱਖ ਨਾਲ ਦੇਖਗੇ, ਉਹਨਾਂ ਨੂੰ ਉਹ ਦੇ ਕੇ ਬਦਲਿਆ ਕੀ ਆ। ਉਹ ਤਾਂ ਚੀਜ਼ ਉੱਥੇ ਦੀ, ਬੰਦਾ ਆਪਣੀ ਲਾਈਫ 'ਚ ਨਹੀਂ ਸਿੱਖਿਆ ਹੈਗਾ ਤਾਂ ਕਿਤਾਬਾਂ ਪੜ੍ਹ ਕੇ ਕੀ ਸਿੱਖਣਾ। ਮੈਂ ਕਹਿੰਦਾ ਮੈਂ ਲਾਈਫ 'ਚ ਸਿੱਖ ਕੇ ਜਾਂਦਾ, ਮੈਂ ਆਪਣੇ ਬੱਚਿਆਂ ਨੂੰ ਮੈਂ ਟ੍ਰੀਟ ਕਰੂੰਗਾ, ਠੀਕ ਹੈ, ਤੁਸੀਂ ਮੇਰੇ ਤੋਂ ਛੋਟੇ ਹੋਵੋਗੇ ਜਾਂ ਮੇਰੇ ਤੋਂ ਛੋਟੇ ਹੋ, ਮੈਂ ਵੀ ਟ੍ਰੀਟ ਕਰਦਾ, ਮੈਂ ਦੱਸਦਾ ਵੀ ਇਹ ਹੋਣਾ ਚਾਹੀਦਾ ਯਾਰ, ਅਤੇ ਅਗਲਿਆਂ ਤੋਂ ਸਿੱਖਦਾ, ਇਸ ਕਾਬਲ ਵੀ ਬਣਾ ਲਿਆ ਕਿ ਅਗਲੇ ਰਿਸੀਵ ਕਰ ਲੈਣ, ਬਜ਼ੁਰਗ ਮੈਨੂੰ ਐਂ ਨਾ ਕਹਿਣ ਵੀ ਚੱਲ ਓਏ। ਕਿਉਂਕਿ ਜਦੋਂ ਜਦੋਂ ਅਸੀਂ ਉਸ ਉਮਰ ਵਾਲੇ ਵੱਧਦੇ ਸਾਨੂੰ ਕੰਫਰਟ, ਮੈਂ ਬੜੇ ਟਾਈਟ ਬੂਟਾਂ ਤੋਂ ਸਪੋਰਟਸ ਬੂਟਾਂ 'ਤੇ ਆ ਗਿਆ, ਹੌਲੀ ਹੌਲੀ ਖੁੱਲੀਆਂ ਪੈਂਟਾਂ 'ਤੇ ਆ ਜਾਊਂਗਾ, ਠੀਕ ਹੈ, ਹੌਲੀ ਹੌਲੀ ਫਿਰ ਮੈਂ ਖੁੱਲੀਆਂ ਟੀ ਸ਼ਰਟਾਂ 'ਤੇ ਆ ਜਾਊਂਗਾ, ਠੀਕ ਹੈ, ਫਿਰ ਮੈਂ ਹੌਲੀ ਹੌਲੀ ਕੀ ਕਰੂੰਗਾ, ਡੋਲੇ ਡੋਲੇ ਰੱਖ ਨੂੰ ਢਿੱਡ ਨੂੰ ਛੱਡ ਦੂੰਗਾ, ਠੀਕ ਹੈ, ਹੁਣ ਚੱਲਣ ਦੇ ਇੱਧਰ ਜਾਂਦਾ ਹੈ ਨਾ, ਫਿਰ ਕੀ ਹੈ, ਫਿਰ ਮੈਂ ਉਹੀ ਪੁਰਾਣੀ ਗੱਡੀ ਇੱਕ ਗੇਅਰ 'ਤੇ ਓਪਨ ਪਜਾ ਰਿਹਾ ਜੀ, ਪੁਰਾਣੀ ਜੀ ਰੱਖ ਕੇ ਵੀ ਠੀਕ ਆ, ਹੁਣ ਰਿਟਾਇਰਮੈਂਟ 'ਤੇ ਜਾਣਾ, ਰਿਲੈਕਸ ਮੂਡ ਵੱਲ ਵੱਧਦਾ ਬੰਦਾ, ਬਦਲਾਅ ਦੇ ਜਵਾਨੀ 'ਚ ਉਹ ਕੰਮ ਕਰੋ ਤਾਂ ਕਿ ਬੁਢਾਪਾ ਰਿਲੈਕਸ ਜਾਵੇ। ਬਿਲਕੁਲ, ਕਰਤਾਰ ਚੀਮਾ ਬੜੀਆਂ ਚੁਣਵੀਆਂ ਚੁਣਵੀਆਂ ਫਿਲਮਾਂ ਕਰਦੇ ਨੇ, ਬੜਾ ਚੂਜ਼ੀ ਨੇ ਜ਼ਿੰਦਗੀ ਦੇ ਵਿੱਚ। ਇਹ ਫਿਲਮ ਦੇ ਵਿੱਚ ਇੱਦਾਂ ਦੀ ਕਿਹੜੀ ਚੀਜ਼ ਮਿਲੀ ਜਿਹਦੇ ਕਰਕੇ ਲੱਗਿਆ ਕਿ ਯਾਰ ਇਹ ਫਿਲਮ ਮੈਂ ਕਰਨੀ ਹੈ? ਮੇਰੀ ਗੱਲ ਕਰਦੀ ਹੈ ਫਿਲਮ, ਹਜੇ ਮੇਰੀ ਜਵਾਨੀ ਟੱਪੀ ਨਹੀਂ ਹੈ, ਮੈਂ ਯੂਨੀ ਕਾਲਜਾਂ ਯੂਨੀਵਰਸਿਟੀਆਂ 'ਚੋਂ ਆਇਆ ਜੀ, ਠੀਕ ਹੈ, ਉਹ ਗੱਲ ਕਰਦੀ ਹੈ, ਮੈਨੂੰ ਲੱਗਦਾ ਯਾਰ ਮੇਰਾ ਮਾਹੌਲ ਮੈਨੂੰ ਮਿਲ ਗਿਆ, ਨਾਲੇ ਤਾਂ ਪੁਰਾਣੀ ਜ਼ਿੰਦਗੀ ਜੀ ਲੂੰ, ਜੋ ਉੱਥੇ ਕਮੀਆਂ ਛੱਡੀਆਂ 'ਚ ਕੱਢੂੰਗਾ। ਬਿਲਕੁਲ, ਕਿਉਂਕਿ ਉਹ ਜ਼ਿੰਦਗੀ ਸਿਰਫ ਮੈਨੂੰ ਪਤਾ ਹੈ ਦੁਨੀਆਂ ਨੇ ਦੇਖਣੀ ਹੈ। ਸਹੀ ਹੈ, ਆਹੀ ਕਾਰਨ ਹੈ। ਅਤੇ ਕਿੱਦਾਂ ਦੇਖਦੇ ਆ ਕਰਤਾਰ ਚੀਮਾ ਕਿ ਇਹ ਜਿਹੜੀ ਲੋਕਾਂ ਦੀ, ਮਤਲਬ ਆਪਾਂ ਬਾਕੀ ਸਿਨੇਮੇ ਦੀ ਗੱਲ ਕਰਦੇ ਹਾਂ ਨਾ, ਬਾਲੀਵੁੱਡ ਵੀ ਗੱਲ ਕਰਦਾ ਚਿੱਟੇ ਦੀ, ਬਾਕੀ ਸਿਨੇਮਾ ਵੀ ਗੱਲ ਕਰਦਾ ਕਿ ਪੰਜਾਬ ਦਾ ਆਹ ਬੁਰਾ ਹਾਲ ਆ, ਕਿ ਸੱਚੀ ਮੁੱਚੀ ਇੰਨਾ ਬੁਰਾ ਹਾਲ ਹੈ ਯਾਰ ਬਾਲੀਵੁੱਡ 'ਚ? ਹੋ ਰਿਹਾ ਕਈ ਵਾਰ ਤੜਕਾ ਵੀ ਲਾਉਂਦੇ ਆ, ਠੀਕ ਹੈ, ਆਪਾਂ ਘਿਓ ਦਾ ਲਾਉਂਦੇ ਹਾਂ, ਉਹ ਚਿੱਟੇ ਦਾ ਲਾਉਂਦੇ ਆ। ਬਿਲਕੁਲ, ਜੇ ਉੜਤਾ ਪੰਜਾਬ ਨਾਮ ਆਉਂਦਾ ਪੰਜਾਬ ਦੇ ਵਿੱਚ ਆਹ ਗੱਲਾਂ ਵੀ ਨਹੀਂ ਹੁੰਦੀਆਂ, ਪੰਜਾਬ ਆਪਣੀ ਸਮੱਸਿਆ ਨੂੰ ਆਪ ਨਜਿੱਠਣਾ ਜਾਣਦਾ ਯਾਰ, ਠੀਕ ਹੈ, ਜੇ ਅਸੀਂ ਅਬਦਾਲੀ ਜਾਂ ਹੋਰ ਠੱਗਾਂ ਨੂੰ ਜਾਂ ਐਡੇ ਵੱਡੇ ਲਟੇਰਿਆਂ ਨੂੰ ਮੋੜ ਸਕਦੇ ਹਾਂ, ਅਸੀਂ ਆਪਣੇ ਬੰਦਿਆਂ ਨੂੰ ਵੀ ਸੁਧਾਰ ਸਕਦੇ, ਮੌਕਾ ਨਹੀਂ ਮਿਲਦਾ ਸੁਧਾਰਨ। ਸਿਨੇਮੇ ਨੇ ਮਾਇੰਡ ਹੀ ਇੰਨਾ ਵਾਸ਼ ਕਰਤਾ, ਅੱਜ ਇੱਕੋ ਫਿਲਮ ਸਾਰਿਆਂ ਦੇ ਜਮਾਨ 'ਤੇ ਉੜਤਾ ਪੰਜਾਬ। ਬਿਲਕੁਲ, ਮੈਨੂੰ ਸਮਝ ਨਹੀਂ ਆਉਂਦੀ ਹੁਣ, ਹੁਣ ਅਸੀਂ ਉੜਤੇ ਪੰਜਾਬ ਤੋਂ ਕੁਛ ਇਹੋ ਜਿਹੀਆਂ ਫਿਲਮਾਂ ਬਣਾ ਬਣਾ ਥੱਕ ਗਿਆ ਵੀ ਮੈਂ ਕੁਛ ਤਾਂ ਪੰਜਾਬ ਦੀਆਂ ਬਣਾਈਏ, ਉਹ ਹਿੱਟ ਹੀ ਨਹੀਂ ਹੋਗੀ ਹੁਣ। ਅਤੇ ਟਾਈਮ ਇਜਾਜ਼ਤ ਨਹੀਂ ਦਿੰਦਾ, ਪਰ ਦਰਸ਼ਕਾਂ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ? ਬਈ ਗੱਲਾਂ ਤਾਂ ਚੱਲਦੀਆਂ ਰਹਿਣਗੀਆਂ, ਪਰ ਅੱਗੇ ਵੀ ਬਣਾਵਾਂਗੇ, ਕਈ ਵਾਰ ਭਾਵ ਹੋਵੇ ਛੱਡ ਵੀ ਜਾਈਦੀਆਂ ਨੇ, ਪਰ ਫਿਲਮ ਬਾਰੇ ਸੱਚੀਆਂ ਗੱਲਾਂ ਕੀਤੀਆਂ। ਅਤੇ ਤੁਸੀਂ 13 ਅਕਤੂਬਰ ਨੂੰ ਜਾਓ ਸਿਨੇਮਿਆਂ ਦੇ ਵਿੱਚ, ਫਿਲਮ ਦੇਖੋ ਜ਼ਰੂਰ ਵਾਈਟ ਪੰਜਾਬ। ਹਰ ਇੱਕ ਬੰਦਾ ਹੀ ਐਂ ਕਹਿੰਦਾ ਕਿ ਮੀਰਾ ਜਵਾਕ ਬਹੁਤ ਸੋਹਣਾ, ਇਹਦੇ ਵਰਗਾ ਕੋਈ ਹੈ ਨਹੀਂ ਗਾ, ਮੈਂ ਵੀ ਐਂ ਕਹਿੰਦਾ, ਪਰ ਜਾ ਕੇ ਇੱਕ ਵਾਰੀ ਦੇਖੋ ਜ਼ਰੂਰ।